ਇੱਕ ਪਹਿਲ ਸੰਸਥਾ ਦੁਆਰਾ ਦਹੀਂ ਹਾਂਡੀ ਉਤਸਵ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦੇ ਸੰਬੰਧ 'ਚ ਬਹੁਤ ਹੀ ਧੂਮਧਾਮ ਨਾਲ ਅਰੋੜਾ ਤਲਾਬ ਸ਼ਿਵ ਮੰਦਿਰ 'ਚ ਮਨਾਇਆ ਜਾ ਰਿਹਾ ਹੈ, ਜਿਸ ਦੀ ਬੈਠਕ ਸਥਾਨਕ ਆਪਣਾ ਪੰਜਾਬੀ ਢਾਬਾ 'ਚ ਹੋਈ, ਜਿਸ ਦੀ ਦੇਖ ਰੇਖ ਪ੍ਰਧਾਨ ਰਾਕੇਸ਼ ਗੁਪਤਾ ਨੇ ਕੀਤੀ। ਰਾਕੇਸ਼ ਗੁਪਤਾ ਦੇ ਅਨੁਸਾਰ ਸੁਰੱਖਿਆ ਸੰਭਾਲ, ਜੀਵਨ ਬਦਲਾਅ ਅਤੇ ਰਿਸ਼ਤਿਆਂ ਦੇ ਵਿਕਾਸ ਦੇ ਆਧਾਰ 'ਤੇ ਇਸ ਸੰਸਥਾ ਦੀ ਨੀਂਹ ਰੱਖੀ ਗਈ। ਇਸ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਬੱਚਿਆਂ ਦੇ ਟੈਲੈਂਟ ਹੰਟ ਸ਼ੋ ਪ੍ਰੋਗਰਾਮ ਅਮਿਤ ਨੱਚ ਬੱਲੀਏ ਪ੍ਰੋਗਰਾਮ ਅਕਾਦਮੀ ਦੁਆਰਾ ਕੋਰੀਓਗ੍ਰਾਫਰ ਕੀਤਾ ਜਾ ਰਿਹਾ ਹੈ। ਇਸ ਵਾਰ ਮਟਕੀ ਫੋੜਨ ਪ੍ਰਤੀਯੋਗਤਾ ਵਿੱਚ ਨੌਜਵਾਨਾਂ 'ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਹਿਮਾਂਸ਼ੂ ਚੌਧਰੀ ਦੁਆਰਾ ਸਫਲ ਆਯੋਜਨ ਦੇ ਲਈ ਬਹੁਤ ਹੀ ਬਰੀਕੀ ਨਾਲ ਪ੍ਰਬੰਧਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਮੌਕੇ 'ਤੇ ਇੱਕ ਪਹਿਲ ਸਮੂਹ ਦੇ ਮੈਂਬਰਾਂ ਨੇ ਦਹੀਂ ਹਾਂਡੀ ਉਤਸਵ ਦਾ ਨਿਮੰਤਰਣ ਪੱਤਰ ਜਾਰੀ ਕੀਤਾ ਹੈ ਅਤੇ ਸਾਰੇ ਸ਼ਹਿਰ ਵਾਸੀਆਂ ਨੂੰ ਉਤਸਵ 'ਚ ਆਉਣ ਲਈ ਸੱਦਾ ਦਿੱਤਾ ਅਤੇ ਇਸ ਮੌਕੇ ਸਮੂਹ ਮੈਂਬਰਾਂ ਨੇ ਸ਼ਿਰਕਤ ਕੀਤੀ। ਇਹ ਹਮਾਰੀ ਏਕ ਪਹਿਲ ਸੰਸਥਾ ਦੁਆਰਾ ਜੋ ਆਯੋਜਿਤ ਹੈ ਜੀ, ਜਨਮ ਅਸ਼ਟਮੀ ਕੇ ਸ਼ੁਭ ਉਪਲਕਸ਼ ਮੇਂ ਹਮ ਦਹੀਂ ਹਾਂਡੀ ਉਤਸਵ ਮਨਾਨੇ ਜਾ ਰਹੇ, ਜੋ ਕਿ 3 ਸਤੰਬਰ ਕੋ ਸ਼ਿਵ ਮੰਦਿਰ ਅਰੋੜਿਆ ਤਲਾਬ ਮੇਂ ਮਨਾਇਆ ਜਾਏਗਾ। ਇਸਮੇਂ ਬਹੁਤ ਹੀ ਧੂਮਧਾਮ ਸੇ ਹਮ ਇਸਕੀ ਕਾਰਜਕ੍ਰਮ ਕੋ ਆਰਗਨਾਈਜ਼ ਕਰ ਰਹੇ ਹੈ। ਹਮਾਰੇ ਪੂਰੇ ਸਹਿਯੋਗੀ, ਹਮਾਰੇ ਮੈਂਬਰਸ ਇਸ ਚੀਜ਼ ਕੋ ਆਗੇ ਬਣਾਉਣੇ ਕੇ ਲੀਏ ਪੂਰਾ ਪ੍ਰਯਾਸ ਕਰ ਰਹੇ ਹੈ ਔਰ ਹਮਾਰੀ ਪੂਰੀ ਕੋਸ਼ਿਸ਼ ਹੈ ਕਿ ਇਸ ਉਤਸਵ ਕੇ ਜ਼ਰੀਏ ਹਮ ਬੱਚੋਂ ਕੇ ਅੰਦਰ ਇਕਜੁਟਤਾ, ਦੇਸ਼ ਭਗਤੀ, ਇਸ ਤਰ੍ਹਾਂ ਕੀ ਲਹਿਰ ਕੋ ਪ੍ਰਵਾਹਿਤ ਕਰੇ, ਜਿਸਸੇ ਜਨ ਚੇਤਨਾ ਵੀ ਆਏ ਔਰ ਹਮਾਰਾ ਜੋ ਮਨੋਰਥ ਹੈ ਵੋ ਵੀ ਸੰਪੂਰਨ ਹੋ। ਅਤੇ ਇਹ ਬਿਲਕੁਲ ਫ੍ਰੀ ਹੈ, ਕੋਈ ਟਿਕਟ ਨਹੀਂ ਹੈ, ਇਹ ਪੂਰੇ ਸਮਾਜ ਕੋ ਸਮਰਪਿਤ ਹੈ ਜੀ, ਕੋਈ ਵੀ ਯਹਾਂ ਪੇ ਆ ਸਕਤਾ ਹੈ। ਔਰ ਸਮੇਂ ਕਿਆ ਰਹੇਗਾ? ਸਮੇਂ ਸ਼ਾਮ ਕੋ 7 ਵਜੇ ਕੇ ਬਾਅਦ ਸ਼ੁਰੂ ਹੋਗਾ ਜੀ ਯਹਾਂ ਪੇ ਇਵੈਂਟ, ਔਰ ਰਾਤ ਕੇ 11:30-12 ਵਜੇ ਤੱਕ ਚਲੇਗਾ। ਇਸਮੇਂ ਸਭਸੇ ਪਹਿਲੇ ਤੋ ਹਮ ਇਸਮੇਂ ਜੋ ਬੱਚੋਂ ਕਾ ਟੈਲੈਂਟ ਸ਼ੋ ਕਰਾ ਰਹੇ ਹੈ, ਜਿਸਕੋ ਵੀ ਪ੍ਰੋਪਰ ਕੋਰੀਓਗ੍ਰਾਫ ਕੀਆ ਜਾ ਰਹਾ ਹੈ ਔਰ ਇਸਕੋ ਪ੍ਰਦਰਸ਼ਿਤ ਕੀਆ ਜਾਏਗਾ ਵਹਾਂ ਪੇ ਸਟੇਜ ਕੇ ਉੱਪਰ। ਕ੍ਰਿਸ਼ਨ ਵੰਦਨਾ ਰਹੇਗੀ, ਇਸਕੇ ਸਾਥ ਕ੍ਰਿਸ਼ਨ ਜੀ ਕਾ ਜੋ ਮਹੱਤਵਪੂਰਨ ਜਨਮ ਅਸ਼ਟਮੀ ਉੱਪਰ ਹਮਾਰਾ ਧਿਆਨ ਹੈ, ਜਿਸਕੇ ਉੱਪਰ ਦਹੀਂ ਹਾਂਡੀ ਉਤਸਵ ਜਿਸਕੋ ਮਨਾ ਰਹੇ ਹੈ, ਅਤੇ ਹਮਾਰੀ ਮਟਕੀ ਫੋੜੋ ਪ੍ਰਤੀਯੋਗਤਾ ਰਹੇਗੀ, ਜਿਸਕੋ ਕਿ ਇਕਜੁੱਟ ਹੋ ਕੇ ਯੁਵਾ ਲੋਕੋ ਮੇਂ ਉਤਸ਼ਾਹ ਰਹੇਗਾ। ਕੁੱਲ ਮਿਲਾ ਕੇ ਡਿਵੋਸ਼ਨਲ ਹੋਗਾ ਜਾਂ? ਬਿਲਕੁਲ ਡਿਵੋਸ਼ਨਲ ਰਹੇਗਾ ਜੀ। ਬਿਊਰੋ ਰਿਪੋਰਟ, ਸਾਂਝ ਟੀਵੀ।